पंजाब में पंचायती चुनाव होने के बाद ही देर रात तक उसके रुझान भी आ चुके हैं। उसी लड़ी के तहत धुरी गांव में अमनदीप सिंह खहरा ने पंचायती चुनाव में अपनी जीत दर्ज की है और उनकी जीत का मार्जिन भी काफ़ी ज़्यादा है। उन्होंने अपने करीबी को 554 वोटों के फर्क से हरा दिया। इस बड़े मार्जिन की जीत दर्ज करने के साथ ही आज उन्होंने पूरे गांव का चक्कर लगाया और साथ में हर घर में लड्डू भी बांटे। इस बड़े अंतर की जीत के बाद अमन खैरा की पत्नी ने लोगों का धन्यवाद किया और जो भी गांव के अधूरे काम हैं उनको पूरा करने का भरोसा दिया। इस धन्यवाद दौरे में अमनदीप सिंह खैरा के साथ जो पंच जीते थे वह भी मौजूद रहे। ਠੀਕ ਹੈ ਤੁਹਾਡੇ ਸਾਰਿਆਂ ਦਾ ਵੀ ਧੰਨਵਾਦ ਜੀ, ਤੁਸੀਂ ਇੰਨੀ ਮਿਹਨਤ ਕਰ ਰਹੇ ਸਾਰੇ ਇੰਨੇ ਦਿਨਾਂ ਦੀ। ਚਲੋ ਤੁਸੀਂ ਆਪਣੀ ਵਾਈਫ ਧੂਰੀ ਪਿੰਡ ਵਿੱਚ ਉਹਦੇ ਬਾਰੇ ਤੁਸੀਂ ਆਪਣਾ ਕੀ ਸੁਝਾਅ ਦੇਣਾ ਚਾਹੁੰਦੇ ਹੋ? ਧੂਰੀ ਪਿੰਡ ਦੇ ਵਿੱਚ ਅੱਜ ਅਮਨਦੀਪ ਖਹਿਰਾ ਜੀ ਜਿਨ੍ਹਾਂ ਚੋਣ ਨਿਸ਼ਾਨ ਬਾਲਟੀ ਸੀ ਉਹ ਸਰਪੰਚ ਦੀ ਚੋਣ ਜਿੱਤੇ ਨੇ, ਨਾਲ ਨਾਲ ਪੰਚਾਂ ਦੀ ਵੀ ਜਿੱਤ ਹੋਈ ਹੈਗੀ ਅਤੇ ਬਹੁਤ ਸੋਹਣਾ ਹੋਇਆ, ਬਹੁਤ ਵਧੀਆ ਹੋਇਆ। ਅਸੀਂ ਆਪਣੇ ਧੂਰੀ ਪਿੰਡ ਦਾ ਵਿਕਾਸ ਕਰਾਂਗੇ ਅਤੇ ਜੋ ਵੀ ਨੌਜਵਾਨ ਪੀੜ੍ਹੀ ਹੈਗੀ ਅਤੇ ਉਸਨੂੰ ਵੀ ਅਸੀਂ ਮਤਲਬ ਕਿ ਨਸ਼ਿਆਂ ਤੋਂ ਦੂਰ ਰੱਖਾਂਗੇ ਅਤੇ ਜੋ ਵੀ ਸਾਡੇ ਪਿੰਡ ਦੇ ਵਿੱਚ ਥੋੜ੍ਹੀ ਮੋਟੀ ਜੋ ਵੀ ਘਾਟ ਹੈਗੀ ਹੈਗੀ ਅਸੀਂ ਉਹ ਪੂਰੀ ਕਰਾਂਗੇ। ਅਤੇ ਮੈਂ ਸਹਿ ਦਿਲੋਂ ਸਾਰੇ ਧੂਰੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਰੇ ਪੰਚਾਂ ਦੇ ਅਮਨਦੀਪ ਖਹਿਰਾ ਜੀ ਨੂੰ ਸਰਪੰਚੀ ਦੀ ਚੋਣ ਵਿੱਚੋਂ ਜਿੱਤਿਆ ਹੈਗਾ। ਬਹੁਤ ਬਹੁਤ ਧੰਨਵਾਦ। ਤੁਸੀਂ ਇੱਧਰ ਆ ਜਾਓ, ਤੁਸੀਂ ਖੜੇ ਹੋ ਸਾਰੇ प्रॉपर्टी बेचने और खरीदने के लिए संपर्क करें फेयर डील प्रॉपर्टीज़।